ਐਸਐਸਪੀ ਜਲੰਧਰ ਰੂਲਰ ਜੀ ਦੇ ਹੁਕਮਾਂ ਅਨੁਸਾਰ ਅੱਜ ਕਸਬਾ ਬਿਲਗਾ ਵਿੱਚ ਐਸਐਚਓ ਨੂਰਮਹਿਲ, ਚੌਂਕੀ ਇੰਚਾਰਜ ਅਪਰਾ, ਪੰਜ ਚੌਂਕੀ ਇੰਚਾਰਜ ਹੋਰ ਅਤੇ ਗੁਰਾਇਆਂ ਅਤੇ ਫਲੌਰ ਦੀ ਪੁਲਿਸ ਅਤੇ ਹੈੱਡਕੁਆਰਟਰ ਤੋਂ ਆਈ ਪੁਲਿਸ ਦੇ ਨਾਲ 100 ਦੇ ਕਰੀਬ ਕਰਮਚਾਰੀਆਂ ਰਾਹੀਂ ਜਿਹੜਾ ਕਸਬਾ ਵਿੱਚ ਵੱਖ ਵੱਖ ਥਾਈਂ ਜਿਹੜੀ ਅਲੱਗ ਅਲੱਗ ਮੋੜਾਂ 'ਤੇ ਨਾਕਾਬੰਦੀ ਕਰਕੇ ਅਤੇ ਕਾਰਡਨ ਕਰਕੇ ਬਕਾਇਦਾ ਸ਼ਹਿਰ ਵਿੱਚ ਚੈਕਿੰਗ ਕੀਤੀ ਗਈ ਹੈ। ਇਹ ਚੈਕਿੰਗ ਦੌਰਾਨ ਜਿਹੜੇ ਵੀ ਕੋਈ ਹੁਣ ਤੱਕ ਦੇ ਕ੍ਰਿਮੀਨਲ ਲੋਕ ਨੇ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ 'ਤੇ ਜਿਹੜੇ ਡਾਊਟਫੁੱਲ ਸੀ ਉਹਨਾਂ ਦੇ ਘਰਾਂ 'ਤੇ ਰੇਡ ਕੀਤੇ ਗਏ ਹੈ ਅਤੇ ਅੱਗੇ ਵੀ ਇਹ ਜਾਰੀ ਰਹਿਣਗੇ। ਇਹ ਜਿਹੜੀ ਹੈ ਇਹ ਚੈਕਿੰਗ ਅੱਜ ਦੀ ਸ਼ਹਿਰ ਵਿੱਚ ਅਮਨ ਅਮਾਨ ਕਾਇਮ ਰੱਖਣ ਲਈ, ਮਾੜੇ ਅਨਸਰਾਂ ਨੂੰ ਭਜਾਉਣ ਲਈ ਅਤੇ ਜਿਹੜੇ ਆ ਰਹੇ ਨਗਰ ਪੰਚਾਇਤ ਦੇ ਇਲੈਕਸ਼ਨਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਇਹਦੀ ਅਸੀਂ ਵੱਖ ਵੱਖ ਨਾਕਿਆਂ ਤੋਂ ਅਤੇ ਫਿਲਹਾਲ ਲਈ ਸਟੱਡੀ ਚੱਲ ਰਹੀ ਹੈ ਜੀ, ਰਿਪੋਰਟ ਲੈ ਰਹੇ ਹਾਂ। ਫਾਈਨਲ ਰਿਪੋਰਟ ਟੱਚ ਹੋਣ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਕੀ ਸਾਡੀ ਰਿਕਵਰੀ ਹੋਈ ਹੈ। ਇਹ ਰਿਪੋਰਟ ਲੈ ਰਹੇ ਜੀ ਅਸੀਂ ਉਹਨਾਂ ਤੋਂ, ਅਲੱਗ ਅਲੱਗ ਚੌਂਕੀ ਚਾਰਜ ਲੱਗੇ ਸੀ ਨੀ, ਇੱਦਾਂ ਫਿਕਰ ਮੈਂ ਲੈ ਕੇ ਫਿਰ ਦੱਸ ਸਕਦਾ ਤੁਹਾਨੂੰ। ਬਿਲਕੁਲ, ਅਸੀਂ ਉਹਨੂੰ ਕੈਮਰੇ ਰਾਹੀਂ ਬਾਤ ਕਰ ਰਹੇ ਹਾਂ। ਅਸੀਂ ਬੜੀ ਦੂਰ ਤੱਕ ਮਤਲਬ ਚਲੇ ਗਏ ਹਾਂ ਅਤੇ ਜਲਦੀ ਹੀ ਉਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਜਿਹੜਾ ਸਜ਼ਾ ਦਵਾਈ ਆਵੇਗੀ। ਐਸਐਸਪੀ ਜਲੰਧਰ ਰੂਲਰ ਜੀ ਦੇ ਹੁਕਮਾਂ ਅਨੁਸਾਰ ਅੱਜ ਕਸਬਾ ਬਿਲਗਾ ਵਿੱਚ ਐਸਐਚਓ ਨੂਰਮਹਿਲ, ਚੌਂਕੀ ਇੰਚਾਰਜ ਅਪਰਾ, ਪੰਜ ਚੌਂਕੀ ਇੰਚਾਰਜ ਹੋਰ ਅਤੇ ਗੁਰਾਇਆਂ ਅਤੇ ਫਲੌਰ ਦੀ ਪੁਲਿਸ ਅਤੇ ਹੈੱਡਕੁਆਰਟਰ ਤੋਂ ਆਈ ਪੁਲਿਸ ਦੇ ਨਾਲ 100 ਦੇ ਕਰੀਬ ਕਰਮਚਾਰੀਆਂ ਰਾਹੀਂ ਜਿਹੜਾ ਕਸਬਾ ਵਿੱਚ ਵੱਖ ਵੱਖ ਥਾਈਂ ਜਿਹੜੀ ਅਲੱਗ ਅਲੱਗ ਮੋੜਾਂ 'ਤੇ ਨਾਕਾਬੰਦੀ ਕਰਕੇ ਅਤੇ ਕਾਰਡਨ ਕਰਕੇ ਬਕਾਇਦਾ ਸ਼ਹਿਰ ਵਿੱਚ ਚੈਕਿੰਗ ਕੀਤੀ ਗਈ ਹੈ। ਇਹ ਚੈਕਿੰਗ ਦੌਰਾਨ ਜਿਹੜੇ ਵੀ ਕੋਈ ਹੁਣ ਤੱਕ ਦੇ ਕ੍ਰਿਮੀਨਲ ਲੋਕ ਨੇ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ 'ਤੇ ਜਿਹੜੇ ਡਾਊਟਫੁੱਲ ਸੀ ਉਹਨਾਂ ਦੇ ਘਰਾਂ 'ਤੇ ਰੇਡ ਕੀਤੇ ਗਏ ਹੈ ਅਤੇ ਅੱਗੇ ਵੀ ਇਹ ਜਾਰੀ ਰਹਿਣਗੇ। ਇਹ ਜਿਹੜੀ ਹੈ ਇਹ ਚੈਕਿੰਗ ਅੱਜ ਦੀ ਸ਼ਹਿਰ ਵਿੱਚ ਅਮਨ ਅਮਾਨ ਕਾਇਮ ਰੱਖਣ ਲਈ, ਮਾੜੇ ਅਨਸਰਾਂ ਨੂੰ ਭਜਾਉਣ ਲਈ ਅਤੇ ਜਿਹੜੇ ਆ ਰਹੇ ਨਗਰ ਪੰਚਾਇਤ ਦੇ ਇਲੈਕਸ਼ਨਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਇਹਦੀ ਅਸੀਂ ਵੱਖ ਵੱਖ ਨਾਕਿਆਂ ਤੋਂ ਅਤੇ ਫਿਲਹਾਲ ਲਈ ਸਟੱਡੀ ਚੱਲ ਰਹੀ ਹੈ ਜੀ, ਰਿਪੋਰਟ ਲੈ ਰਹੇ ਹਾਂ। ਫਾਈਨਲ ਰਿਪੋਰਟ ਟੱਚ ਹੋਣ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਕੀ ਸਾਡੀ ਰਿਕਵਰੀ ਹੋਈ ਹੈ ਜੀ। ਇਹ ਰਿਪੋਰਟ ਲੈ ਰਹੇ ਜੀ ਅਸੀਂ ਉਹਨਾਂ ਤੋਂ, ਅਲੱਗ ਅਲੱਗ ਚੌਂਕੀ ਚਾਰਜ ਲੱਗੀ ਸੀ ਨੀ, ਇੱਦਾਂ ਫਿਕਰ ਮੈਂ ਲੈ ਕੇ ਫਿਰ ਦੱਸ ਸਕਦਾ ਤੁਹਾਨੂੰ। ਬਿਲਕੁਲ, ਅਸੀਂ ਉਹਨੂੰ ਕੈਮਰੇ ਰਾਹੀਂ ਬਾਤ ਕਰ ਰਹੇ ਹਾਂ। ਅਸੀਂ ਬੜੀ ਦੂਰ ਤੱਕ ਮਤਲਬ ਚਲੇ ਗਏ ਹਾਂ ਅਤੇ ਜਲਦੀ ਹੀ ਉਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਜਿਹੜਾ ਸਜ਼ਾ ਦਵਾਈ ਆਵੇਗੀ।